ਸਮਾਣਾ ਪੁਲਿਸ ਨੇ ਇਲਾਕੇ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਮਾਮਲਿਆਂ ਵਿੱਚ ਪੜ੍ਹੇ ਲਿਖੇ 5 ਨੌਜਵਾਨਾਂ ਨੂੰ ਕਾਬੂ ਕੀਤਾ। ਪੁਲਿਸ ਨੇ ਉਹਨਾਂ ਤੋਂ 6 ਚੋਰੀ ਦੇ ਮੋਟਰਸਾਈਕਲ ਤੇ ਸ਼ਰੇਆਮ ਖੋਏ ਗਏ ਮੋਬਾਈਲ ਵੀ ਬਰਾਮਦ ਕੀਤੇ ਨੇ। ਇਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ DSP ਰਾਜਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਇਹਨਾਂ ਨੌਜਵਾਨਾਂ ਦੀ ਪੁਲਿਸ ਨੂੰ ਪਹਿਲਾਂ ਵੀ ਤਲਾਸ਼ ਸੀ। ਇਹ ਨੌਜਵਾਨ ਸਮਾਣਾ ਦੇ ਆਸ-ਪਾਸ ਦੇ ਏਰੀਏ ਵਿੱਚ ਲੁੱਟ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। 4 ਤਰੀਕ ਨੂੰ ਰਾਮਲੀਲਾ ਜਿਹੜਾ ਗਰਾਊਂਡ ਆ ਉੱਥੇ ਬੱਚਾ ਸੀਗਾ ਮੋਡਗਲ ਟਿਊਸ਼ਨ ਤੋਂ ਜਾ ਰਿਹਾ ਸੀ। ਉਹਦੇ ਤੋਂ ਇਹਨੇ 2 ਮੁੰਡੇ ਆਏ ਮੋਟਰਸਾਈਕਲ 'ਤੇ ਸਪਲੈਂਡਰ 'ਤੇ, ਜਿਨ੍ਹਾਂ ਨੇ ਮੋਬਾਈਲ ਖੋਹ ਕਰ ਲਿਆ ਸੀ। ਇੱਕ ਵਰਮਾ ਸੀਗਾ, ਇੱਕ ਗੁਰਵਿੰਦਰ ਘੁੱਲਾ ਸੀ। ਗੁਰਵਿੰਦਰ ਘੁੱਲਾ ਮੇਨ ਹੈ, ਇਹ ਤਾਂ ਪਹਿਲਾਂ ਵੀ 1-2 ਪਰਚੇ ਦੱਸ ਗਿਆ ਅਤੇ ਉਹਦੀ ਆਈਡੈਂਟੀਫਿਕੇਸ਼ਨ ਹੋ ਗਈ ਸੀ। ਜਦੋਂ ਫਿਰ ਇਹਨੂੰ ਫੜਿਆ ਗੁਰਵਿੰਦਰ ਘੁੱਲੇ ਨੂੰ, ਤਾਂ ਉੱਥੋਂ ਇੱਕ ਮੋਟਰਸਾਈਕਲ ਜਿਹੜਾ ਉਹ ਤੋਂ ਮਿਲਿਆ, ਜਿਹੜਾ ਸਨੈਚਿੰਗ ਵਿੱਚ ਸੀਗਾ, ਉਹ ਵੀ ਚੋਰੀ ਦਾ ਸੀ। ਉੱਥੋਂ ਲੀਡ ਚੱਲਦੀ ਹੋਈ ਅਤੇ ਸਾਨੂੰ ਟੋਟਲ ਜਿਹੜੇ ਆ 6 ਮੋਟਰਸਾਈਕਲ ਬਰਾਮਦ ਹੋਇਆ। ਇੱਕ ਜਿਹੜਾ ਖੋਹ ਦਾ ਜਿਹੜਾ ਸੀਗਾ ਮੋਬਾਈਲ, ਉਹ ਵੀ ਬਰਾਮਦ ਹੋਇਆ। ਇਹ ਜਿਹੜੇ ਮੋਟਰਸਾਈਕਲ ਹੈ, ਇਹ 1 ਨਾਭੇ ਤੋਂ ਚੋਰੀ ਹੋਇਆ, 5 ਮੋਟਰਸਾਈਕਲ ਜਿਹੜੇ ਆ ਪਟਿਆਲੇ ਤੋਂ ਚੋਰੀ ਹੋਏ। ਪੁਲਿਸ ਦਾ ਮੰਨਣਾ ਹੈ ਕਿ ਇਹ ਨੌਜਵਾਨ ਨਸ਼ੇ ਦੀ ਪੂਰਤੀ ਲਈ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਸੀ। ਸਪੋਕਸਮੈਨ TV ਦੇ ਲਈ ਪਟਿਆਲਾ ਤੋਂ ਹਰਵਿੰਦਰ ਸਿੰਘ ਕੁੱਕੂ ਦੀ ਰਿਪੋਰਟ।